ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਹਰ ਦਿਨ ਮੌਤਾਂ ਹੋ ਰਹੀਆਂ ਨੇ ਤੇ ਨੌਜਵਾਨ ਪੀੜ੍ਹੀ ਲਗਾਤਾਰ ਨਸ਼ਿਆਂ ਵੱਲ ਵੱਧ ਰਹੀ ਏ, ਉੱਥੇ ਹੀ ਕੁਝ ਨੌਜਵਾਨ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਅਜਿਹੇ ਕਦਮ ਚੁੱਕ ਰਹੇ ਨੇ ਜਿਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਏ। ਗੱਲ ਕਰਦੇ ਆ ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਵਾਨਾ ਦੀ, ਜਿੱਥੋਂ ਦੇ ਨੌਜਵਾਨਾਂ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਇਆ ਲੋਕ ਸੇਵਾ ਸ਼ੁਰੂ ਕੀਤੀ। ਪਿੰਡ ਵਿੱਚ ਸਥਿਤ ਸਹਾਰਾ ਲੈਬੋਰੇਟਰੀ ਲੈਬ ਵਿੱਚ 22 ਮਾਰਚ ਤੋਂ ਸਾਰੇ ਮੈਡੀਕਲ ਟੈਸਟ ਅਤੇ ਦਵਾਈਆਂ ਦੀ ਸਹੂਲਤ ਮੁਫਤ ਦਿੱਤੀ ਜਾ ਰਹੀ ਹੈ। ਇਸ ਲੈਬੋਰੇਟਰੀ ਨਾਲ 20 ਤੋਂ 25 ਆਸ ਪਾਸ ਦੇ ਹੋਰ ਪਿੰਡ ਜੁੜੇ ਹੋਏ ਨੇ। ਇਹ ਨੌਜਵਾਨ ਕਿਸਾਨਾਂ ਅਤੇ ਆਮ ਲੋੜਵੰਦ ਲੋਕਾਂ ਨੂੰ ਸੈਨੇਟਾਈਜ਼ਰ ਤੇ ਮਾਸਕ ਵੀ ਵੰਡ ਰਹੇ ਨੇ। ਗੱਲਬਾਤ ਕਰਦਿਆਂ ਦੌਰਾਨ ਲੈਬੋਰੇਟਰੀ ਇੰਚਾਰਜ ਹਰਜਿੰਦਰ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਮੁੱਢਲੇ ਲੋੜੀਂ ਦੇ ਟੈਸਟ ਮੁਫਤ ਕੀਤੇ ਜਾ ਰਹੇ ਹਨ। ਇਹਦੇ ਵਿੱਚ ਜੀ ਅਸੀਂ ਪਿਛਲੇ 7 ਸਾਲ ਤੋਂ ਲੈਬ ਚਲਾ ਰਹੇ ਹਾਂ ਜੀ। ਇਹਦੇ ਵਿੱਚ ਸਾਰੇ ਨਗਰ ਦਾ, ਸਾਡੇ ਪਿੰਡ ਦੀਵਾਨਿਆਂ ਦਾ ਅਤੇ ਜੋ ਪਿੰਡ ਦੇ NRI ਆ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਜੀ। ਇਹ ਜਦੋਂ ਤੋਂ ਲਾ ਕੇ ਹੁਣ 22 ਤਰੀਕ ਤੋਂ ਲਾ ਕੇ ਲੋਕਡਾਊਨ ਹੋਇਆ ਵਾ, ਉਦੋਂ ਤੋਂ ਲਾ ਕੇ ਜੋ ਵੀ ਸਾਡੇ ਕੋਲ ਮਰੀਜ਼ ਆਉਂਦਾ ਗਾ ਅਸੀਂ ਉਹਨਾਂ ਦੇ ਫ੍ਰੀ ਟੈਸਟ ਕਰਦੇ ਹਾਂ ਜੀ। ਪਹਿਲਾਂ ਵੀ ਜੇ ਕੋਈ ਸਾਡੇ ਕੋਲ ਮਰੀਜ਼ ਆਉਂਦਾ ਗਾ ਆਰਥਿਕ ਤੌਰ 'ਤੇ ਕਮਜ਼ੋਰ ਹੈਗਾ ਉਹਦੇ ਟੈਸਟ ਅਸੀਂ ਫ੍ਰੀ ਕਰਦੇ ਹਾਂ ਜੀ, ਨਾਲੇ ਉਹਨਾਂ ਨੂੰ ਦਵਾਈਆਂ ਫ੍ਰੀ ਲੈ ਕੇ ਦਿੰਦੇ ਹਾਂ ਜੀ। ਕੋਈ ਵੀ ਮਰੀਜ਼ ਸਾਡੇ ਕੋਲ ਆ ਕੇ ਦੱਸ ਦੇਵੇ ਵੀ ਮੈਂ ਦਵਾਈ ਨਹੀਂ ਲੈ ਸਕਦਾ ਜਾਂ ਮੈਂ ਟੈਸਟ ਨਹੀਂ ਕਰਵਾ ਸਕਦਾ, ਅਸੀਂ ਉਹਦੇ ਸਾਰਾ ਟੈਸਟ ਵਗੈਰਾ ਸਾਰੇ ਫ੍ਰੀ ਕਰਦੇ ਹਾਂ ਜੀ। ਸਹਿਯੋਗ ਜੀ ਤੁਸੀਂ ਦੇਖਿਆ ਹੀ ਆ, ਜਦੋਂ ਕੋਈ ਬਾਹਰੋਂ ਜਾਂ ਸਾਡੇ ਪਿੰਡ ਦਾ ਕੋਈ ਮਰੀਜ਼ ਆਉਂਦਾ ਗਾ ਉਹਨੂੰ ਪਹਿਲਾਂ ਸੈਨੇਟਾਈਜ਼ ਕਰਦੇ ਹਾਂ, ਉਹਦੇ ਹੱਥ ਸੈਨੇਟਾਈਜ਼ ਕਰਵਾਉਂਦੇ ਹਾਂ। ਜਿਹਦੇ ਕੋਲ ਮਾਸਕ ਨਹੀਂ ਹੈਗਾ ਉਹਨੂੰ ਮਾਸਕ ਦਿੱਤਾ ਜਾਂਦਾ, ਜੇ ਕੋਈ ਬਾਹਰੋਂ ਜਾਂ ਹੋਰ ਪਿੰਡ ਦਾ ਸਾਡੇ ਪਿੰਡ ਦੇ ਵਿਅਕਤੀ ਲੰਘਦਾ ਗਾ ਉਹਨਾਂ ਨੂੰ ਵੀ ਹੱਥ ਉਹਨਾਂ ਦੇ ਸੈਨੇਟਾਈਜ਼ ਕਰਵਾ ਕੇ ਉਹਨਾਂ ਨੂੰ ਮਾਸਕ ਦਿੰਦੇ ਹਾਂ ਜੀ। ਜਾਣੀ ਬਹੁਤ ਨੌਜਵਾਨ ਆ ਗਏ, ਬਹੁਤ ਵੱਧ ਚੜ੍ਹ ਕੇ ਜੋ ਇਹ ਮਹਾਂਮਾਰੀ ਚੱਲੀ ਹੋਈ ਆ ਇਹਦੇ ਵਿੱਚ ਬਹੁਤ ਵੱਧ ਚੜ੍ਹ ਕੇ ਸਾਥ ਦੇ ਰਹੇ ਆ ਜੀ, ਸਹਿਯੋਗ ਕਰ ਰਹੇ ਆ ਜੀ। ਉੱਥੇ ਹੀ ਇਹਨਾਂ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਲੋਕ ਸੇਵਾ ਦੀ ਪਿੰਡ ਵਾਸੀਆਂ ਨੇ ਸ਼ਲਾਘਾ ਕੀਤੀ। ਦੇਖੋ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਆਪਣਾ ਆਪਣਾ ਰੋਲ ਜਿਹੜੀਆਂ ਅਦਾ ਕਰ ਰਹੀਆਂ। ਉਹਨਾਂ ਵਿੱਚ ਜਿਹੜੀ ਹੈਗੀ ਯੁਵਕ ਸੇਵਾਵਾਂ, ਜਿਹੜੀਆਂ ਸਹਾਰਾ ਲੈਬ ਆਪਣੇ ਚੱਲ ਰਹੀ ਹੈ, ਇਹਨਾਂ ਦੇ ਵਿੱਚ ਜਿਹੜੀ ਹੈਗੀ ਆ ਮੈਡੀਕਲ ਤੌਰ 'ਤੇ ਜਿਹੜੀ ਹੈ ਮਦਦ ਕਰ ਰਹੇ ਆ, ਉਹ ਇੱਕ ਵੱਖਰਾ ਇਸ਼ੂ ਆ ਜਿਸ ਤਰ੍ਹਾਂ ਪਹਿਲਾਂ ਦੱਸ ਚੁੱਕੇ ਹਾਂ। ਦੂਜੀ ਗੱਲ ਇਹ ਆ ਵੀ ਜਿਹੜੇ ਇਹਦੇ ਨਾਲ ਸਾਡੇ ਪਿੰਡ ਦੇ ਨਗਰ ਦੇ ਜਿਹੜੇ ਹੈਗੇ ਆ ਨੌਜਵਾਨ ਜਿਹੜਾ ਯੁਵਕ ਜੁੜੇ ਹੋਏ ਆ ਇਹਦੇ ਨਾਲ, ਉਹ ਇੱਕ ਸੇਵਾ ਤੋਂ ਜੁੜੇ ਹੋਏ ਆ ਅਤੇ ਬਾਕੀ ਉਹ ਆਪ ਇੱਕ ਨਸ਼ੇ ਤੋਂ ਦੂਰ ਨੇ ਅਤੇ ਉਹ ਆਪਣੀ ਜਿਹੜੀ ਐਨਰਜੀ ਆ ਕਿਸੇ ਹੋਰ ਪਾਸੇ ਲਾਉਣ ਦੀ ਬਜਾਏ ਉਹ ਇਹਨਾਂ ਸੇਵਾਵਾਂ ਦੇ ਵਿੱਚ ਲਾ ਰਹੀ ਆ। ਇਹਦੇ ਵਿੱਚ ਜਿਹੜੇ ਹੈਗੇ ਆ ਸਾਡੇ ਨੌਜਵਾਨ ਜਿਹੜੇ ਪਿੰਡ ਦੇ ਉਹਨਾਂ ਦਾ ਅਤੇ NRI ਵੀਰ ਜਿਹੜੇ ਹੋਰ ਨਗਰ ਦੇ ਹੋਰ ਵੀ ਜਿਹੜੇ ਪਤਵੰਤ ਸਾਰਿਆਂ ਦਾ ਬਹੁਤ ਸਹਿਯੋਗ ਹੈ ਇਸ ਲੈਬ ਨੂੰ। ਜਿਸ ਤਰ੍ਹਾਂ ਦਾ ਵੀ ਅਸੀਂ ਇਹਨਾਂ ਨੂੰ ਲੋੜ ਪੈਂਦੀ ਹੈ ਅਸੀਂ ਉਹਨਾਂ ਦੀ ਮਦਦ ਜ਼ਰੂਰ ਕਰਦੇ ਹਾਂ। ਸਾਡੇ ਪਿੰਡ ਦੇ ਸਹਿਯੋਗ ਨਾਲ ਸਮੂਹ ਨਗਰ ਨਿਵਾਸੀ ਅਤੇ NRI ਵੀਰ ਆ ਜਿਹੜੇ ਉਹ ਇਹਨਾਂ ਨੂੰ ਸਹਿਯੋਗ ਦਿੰਦੇ ਆ ਸਾਡੇ ਪਿੰਡ ਦੇ ਨੌਜਵਾਨਾਂ ਨੂੰ। ਉਦੋਂ ਤੋਂ ਲੈ ਕੇ ਜਿਹੜਾ ਵੀ ਕੋਈ ਹੈਗਾ ਉੱਥੇ ਟੈਸਟ ਫ੍ਰੀ ਰੱਖੇ ਗਏ ਨੇ। ਹੁਣ ਹਾੜੀ ਦਾ ਸੀਜ਼ਨ ਚੱਲਦਾ ਜੀ, ਮਾਸਕ ਆ, ਸੈਨੇਟਾਈਜ਼ ਆ, ਸਾਰਾ ਪਿੰਡ ਸੈਨੇਟਾਈਜ਼ ਕਰਾਇਆ ਹੋਇਆ ਗਾ, ਠੀਕ ਹੈ ਜੀ। ਮਾਸਕ ਵੀ ਜਿੰਨੇ ਵੀ ਟਰੈਕਟਰ 'ਤੇ ਕੋਈ ਫਾਰਮਰ ਆਉਂਦਾ, ਸਾਡੀ ਮੰਡੀ ਇੱਥੋਂ ਨੇੜੇ ਆ ਲੈਬ ਦੇ ਅੱਗੋਂ ਦੀ ਲੰਘਦੇ ਆ, ਜਿਹੜੇ ਨੌਜਵਾਨ ਆ ਇੱਥੇ ਬੈਠੀ ਆ ਤਕਰੀਬਨ ਉਹਨਾਂ ਨੂੰ ਮਾਸਕ ਵੀ ਮੁਹੱਈਆ ਕਰਵਾਉਂਦੇ ਨੇ, ਉਹਨਾਂ ਦੇ ਹੱਥ ਵੀ ਸੈਨੇਟਾਈਜ਼ ਕਰਵਾਉਂਦੇ ਨੇ। ਪਰੰਤੂ ਇਹ ਲੈਬ ਮੈਂ ਕਹਿੰਦਾ ਸਾਡੇ ਸ਼ਹਿਰ ਤੋਂ ਜਿਹੜਾ ਦੀਵਾਨਾ ਪਿੰਡ ਆ ਇਹ 20-25 ਕਿਲੋਮੀਟਰ ਦੂਰ ਆ ਜੀ, 25 ਕਿਲੋਮੀਟਰ ਸਾਨੂੰ ਚੱਲ ਕੇ ਜਾਣਾ ਪੈਂਦਾ। ਇਹਦਾ ਬੜਾ ਵੱਡਾ ਲਾਭ ਇਹ ਮਹਾਂਮਾਰੀ ਦੇ ਦੌਰਾਨ ਹੋ ਰਿਹਾ। ਸਾਡੇ ਤਕਰੀਬਨ ਘੱਟੋ ਘੱਟ 15-16 ਜਿਹੜੇ ਨੇੜੇ ਦੇ ਪਿੰਡ ਆ, ਨਰਾਇਣਗੜ੍ਹ, ਸੋਹੀਆਂ, ਮਾਛੀਕੇ, ਹਠੂਰ, ਜਿੰਨੇ ਵੀ ਛੀਨੀਵਾਲ, ਖੁਰਦਾ, ਸਾਰਿਆਂ ਨੂੰ ਗਿਣਿਆ ਜਾਵੇ, ਗਹਿਲਾਂ ਤੱਕ ਮੈਨੂੰ ਲੱਗਦਾ 25 ਕਿਲੋਮੀਟਰ ਦੇ ਫਾਸਲੇ 'ਚ ਕਿਤੇ ਵੀ ਇਹ ਲੈਬ ਨਹੀਂ ਹੈਗੀ। ਜਿਹੜੀ ਇਹ ਲੈਬ ਆ ਇਹਦਾ ਬੜਾ ਵੱਡਾ ਫਾਇਦਾ, ਨਾਲ ਹੀ ਸਾਡੇ ਹੈਗੀ ਡਿਸਪੈਂਸਰੀ ਆ, ਸਰਕਾਰੀ ਹਸਪਤਾਲ, ਡਾਕਟਰ ਵੀ ਆਉਂਦਾ, ਜਿੰਨੇ ਵੀ ਉਹ ਰਿਕਮੈਂਡ ਕਰਦੇ ਨੇ ਜਾਂ ਟੈਸਟ ਲਿਖਦੇ ਨੇ। ਛੋਟੇ ਪੱਧਰ 'ਤੇ ਦੇਖੇ ਪਿੰਡਾਂ 'ਚ RMP ਡਾਕਟਰ ਵੀ ਹੁੰਦੇ ਆ ਜੀ, ਉਹ ਵੀ ਕਹਿੰਦੇ ਆ ਜੇ ਕੋਈ ਮਾੜੀ ਮੋਟੀ ਬਿਮਾਰੀ ਦੇ ਲੱਛਣ ਪਾਏ ਜਾਂਦੇ ਆ ਤਾਂ ਇੱਥੋਂ ਸਾਡੇ ਲੈਬ ਦੇ ਵਿੱਚੋਂ ਫ੍ਰੀ ਕੀਤਾ ਜਾਂਦਾ। ਜਿਹੜੇ ਕੋਈ ਵੱਡੇ ਟੈਸਟ ਵੀ ਹੁੰਦੇ ਆ, ਸਾਡੇ ਨੌਜਵਾਨ ਆ ਬੜੇ ਵਧੀਆ ਹਿੰਮਤ ਕਰਦੇ ਆ, ਉਹ ਟੈਸਟਾਂ ਨੂੰ ਬਰਨਾਲੇ ਵੱਡੀਆਂ ਲੈਬਾਂ ਦੇ ਨਾਲ ਸਾਡੇ ਸੀ ਅਟੈਚ ਕੀਤਾ ਹੋਇਆ ਇਹਨਾਂ ਨੇ, ਉਹ ਦਿੱਲੀ ਤੱਕ ਦੇ ਵੀ ਟੈਸਟ ਆ ਜਿਹੜੇ ਇਸ ਦੀਵਾਨੇ ਨਗਰ ਤੋਂ ਉਹ ਭੇਜੇ ਜਾਂਦੇ ਆ ਤਾਂ ਜੋ ਜਿਹੜੀ ਇਹ ਬਿਮਾਰੀ ਦੌਰਾਨ ਕਿਸੇ ਵੀ ਕਿਸਮ ਦਾ ਜਿਹੜਾ ਮਰੀਜ਼ ਆ ਉਹਨਾਂ ਦਾ ਭਲਾ ਹੋ ਸਕੇ।